ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁ ਅਲੈਕੁਮ। ਮੈਂ ਤੁਹਾਡਾ ਭਰਾ ਮੁਹੰਮਦ ਉਸਮਾਨ, ਤੇ ਉਮੀਦ ਕਰਦਾ ਕਿ ਸਾਰੇ ਭਰਾ ਠੀਕ ਹੋਣਗੇ, ਖੈਰ ਹੋਣਗੇ। ਅੱਜ ਕਮੋ ਫਜ਼ਲ ਦੇ ਨਾਲ ਅਦਬ ਲੋਕ ਕਰਦੇ ਹਾਂ ਜੀ ਸ਼ੁਰੂ। ਫਿਰ ਭਰਾ ਸਾਡੇ ਚੈਨਲ 'ਤੇ ਨਵੇਂ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣ। ਟਾਈਮ ਹੋ ਰਿਹਾ ਫਿਲਹਾਲ 8:10 ਦਾ ਸੁਬਹਾ ਸੁਬਹਾ ਦਾ, ਜਿਹੜੀ ਅੱਜ ਗਰਮੀ ਮੈਂਗਣਾ ਚੜ੍ਹਦੇ ਸੁਬਹਾ ਸੂਰਜ ਤਪ ਗਿਆ, ਅਤੇ ਪੱਠੇ ਜਿਹੜੇ ਵੱਢ ਕੇ ਹੁਣ ਲਿਆਇਆ ਪਿੱਛੋਂ ਵੇਲੇਲੀ ਮੁੰਸ਼ੀ ਜਾਂਦੀ, ਅਤੇ ਇਹਨਾਂ ਨੂੰ ਫਿਰ ਲਾਈਏ ਦਵਾ ਦਵ। ਗਰਮੀ ਚੰਗੀ ਹੋਈ ਖਲੋਤੀ ਹੋ, ਅਤੇ ਰਾਤ ਨੂੰ ਮੈਂਗਣਾ ਹਵਾ ਚੱਲਦੀ, ਬੱਦਲ ਹੁੰਦਾ, ਅਤੇ ਸੁਬਹਾ ਵੇਲ ਚੜ੍ਹਦਾ ਸੂਰਜ ਤਪ ਜਾਂਦਾ ਜੀ। ਚਲੀਏ ਫਿਰ, ਚੱਲ ਵੀ ਪਿੰਡ ਪਿੰਡੋਂ ਜਾ ਕੇ ਜਿਹੜੇ ਵਾਲ ਆ ਨਾ ਬੜੇ ਬੜੇ ਕਾਫੀ ਹੋਏ ਖਲੋਤੇ, ਹੱਥ ਵੀ ਅਤੇ ਵਾਲ ਵੀ ਜਾ ਕੇ ਪਹਿਲਾਂ ਕਟਾ ਕੇ ਜੀ, ਕਿਉਂਕਿ ਜਿਹੜੀ ਗਰਮੀ ਨਾਲ ਹੋਰ ਮੱਤ ਵੱਜ ਜਾਂਦੀ ਆ। ਅਤੇ ਚਲੀਏ ਹੁਣ ਜਾ ਕੇ ਵਾਲ ਕਟਾ ਕੇ ਆਉਂਦੇ ਹਾਂ। ਪਹੁੰਚਿਆ ਹੈ, ਆ ਕਿੱਦਾਂ ਲੱਗਾ, ਪੱਪੂ ਛੱਪੂ ਬਣਾ ਲਈ, ਠੀਕ ਆ। ਮੁਸ਼ ਮੈਨੂੰ ਨਹੀਂ ਲੱਗਦੀ ਕਿ ਵੈਸੇ ਹੀ ਆ, ਲੋ ਦੋਸਤੋ ਵਾਲ ਕਟਾ ਲਏ ਤੇ ਚਲੀਏ ਹੁਣ। Thank you.
ਦੱਸੋ ਕਿੱਦਾਂ ਦਾ ਲੱਗ ਰਿਹਾ? दोस्तों फिलहाल जरा ना मौसम बिल्कुल खराब हो गया, ठंडी हवा भी चलन लग पी, बारिश का भी मुकाम बनया खलोता चक्कर बदल गाजदा पे, बारिश लाजमी आनी आनी। आदर होने चूचे जड़े ना कल दोनों का खुडा थाली ना चाहिए पौनी है ध्यान नाल मैं खिलार मैं फड़ के लिया चूचे इधर आ खिलार के यार खिलार के चूचे ने पंजे पुंजे ही मारने होंगे यार टोकरी लेवा चूचे डब्बे च इधर सबक सुना यार अखा ही वजी जी कि अखा वजी जो बड़ा ओ मसीते जाने बदले इतने आने पर फिर एडा थले करके लानी सी इत पत्थरी लवा लेंदे ना उदो चपेड़ पैनी जाली दिचो दी बूथी उरे कर उरे करी नाल ला नक नाल ला मैं चूचे लैके आना मैं चूचे लैके आना मैं आया चूचे लैके आने चूचे ले आइए चूचे ने उत्थे शिफ्ट करना हुण इन्नू की होई जांदा लोए दस हुण चूचे लैण के छड्डी उत्थे चूचे फड़िए पहलां डब्बा फड़ डब्बा वे भाइयो आजादी मिलन लगी तुहानू थोड़ी जी वड्डी एक एक फड़ा रुग भर रुग भर रुग तू तो एक एक फड़ वेला बोंदे चढ़ावन वे तरपाल तरपू चना बड़े हूं मरिया पिया वो पहला सही वेखते हूं
ਇਧਰ ਬੁੱਥੀ ਘਰ ਹੋਲਡਰ ਤੋੜਿਆ ਆ ਤੇ ਲੱਭਦਾ ਹੀ ਫਿਰਦਾ ਈ ਓਏ ਮੇਰੇ ਮੈਂ ਨਹੀਂ ਤੋੜਾ ਤੂੰ ਛੱਡ ਦੇ ਮੁੱਦੇ ਕਰ ਦੇ ਤੇਰਾ ਕਿਹੜਾ ਛੋਟਾ ਅੱਡੀ ਦੇਗ ਵਾਲਾ ਹੱਥ ਸਨਕਾ ਤੋਂ ਦਿਆ ਐਡਾ ਦੇਗਾ ਡਾਂਗ ਲਿਆਈ ਜਾਂਦਾ ਤੇਰੇ ਪੈਣ ਚੁੱਪ ਗਲਾ ਫੂਕੀ ਜਾਂਦਾ ਕਿੱਥੇ ਕਿੱਥੇ ਖਿਲ ਰਹੀ ਹੁਣ ਗੋਰ ਲਿਆਣ ਕੇ ਛੱਡੋ ਕਿੰਨੇ ਗਿਣੇ ਨੀ ਆਪਾਂ ਵਿੱਚੋਂ ਤਿੰਨ ਚਾਰ ਜਾ ਪਾਣੀ ਚੱਕ ਕੇ ਲਿਆਓ ਅੰਦਰ ਹੁਣ ਚਲੋ ਐਜ਼ਾਨ ਹੋਣ ਲੱਗ ਪਈ ਵਾਲ ਕਟਾ ਕੇ ਜੀ ਅੱਗੇ ਹੀ ਲੱਗਣੇ ਆ ਮੈਂ ਅੱਜ ਤੇ ਫਿਲਹਾਲ ਜਿਹੜਾ ਨਾ ਇਹ ਵੀਡੀਓ ਹੱਥ ਕਰ ਦਿੰਦੇ ਐਂਡ ਉਮੀਦ ਕਰਦਾ ਕਿ ਵੀਡੀਓ ਅੱਛੀ ਲੱਗੇਗਾ ਚਲੋ ਲਾਈਕ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਮਿਲਦਾ ਫਿਰ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਬਾਏ